ਪੱਖੋਵਾਲ ਰੋਡ ਤੇ ਮੌਜੂਦ ਆ ਰੇਲਵੇ ਅੰਡਰ ਬ੍ਰਿਜ ਦੇ ਬਿਲਕੁਲ ਨਾਲ, ਜਿੱਥੇ ਪੁਲਿਸ ਪ੍ਰਸ਼ਾਸਨ ਨੇ ਇੱਕ ਵਧੀਆ ਉਪਰਾਲਾ ਕੀਤਾ ਹੈਗਾ, ਕਿਉਂਕਿ ਰੇਲਵੇ ਅੰਡਰ ਬ੍ਰਿਜ ਦੇ ਥੱਲੇ ਜਿਹੜਾ ਪਾਣੀ ਭਰਿਆ ਹੋਇਆ ਉਸ ਤੋਂ ਲੈ ਕੇ ਪੁਲਿਸ ਨੇ ਉਪਰਾਲਾ ਜਿਹੜਾ ਕੀਤਾ ਉਧਰ ਪਾਸੇ ਸਰਾਭਾ ਨਗਰ ਵਾਲੇ ਪਾਸੇ ਜਿਹੜਾ ਵਾ ਬੋਰਡ ਲਗਾਇਆ ਗਿਆ ਕਿ ਵਨ ਵੇ ਹੈਗਾ, ਇਧਰੋਂ ਤੁਸੀਂ ਇਧਰ ਨਹੀਂ ਆਉਣਾ ਹੈਗਾ, ਪਰ ਫਿਰ ਵੀ ਲੋਕ ਜਿਹੜੇ ਨੇ ਇਧਰ ਅਵੇਅਰ ਨਹੀਂ ਹੋ ਰਹੇ। ਸਰ ਉੱਥੇ ਇੱਕ ਬੋਰਡ ਲੱਗਿਆ ਹੋਇਆ ਵਾ, ਤੁਸੀਂ ਦੇਖਿਆ ਹੋਣਾ ਕਿ ਵਨ ਵੇ ਵੀ ਉਧਰੋਂ ਨਹੀਂ ਆਉਣਾ, ਆਪਾਂ ਦੇਖਿਆ ਨਹੀਂ? ਹਾਂ ਦੇਖਿਆ ਨਹੀਂ। ਲੱਗਦਾ ਨਹੀਂ ਸਰ ਕਿ ਆਪਾਂ ਜੇ ਡਬਲ ਕ੍ਰੋਸਿੰਗ ਕਰਾਂਗੇ ਤੇ ਫਿਰ ਆਪਣਾ ਹਾਦਸਾ ਹੋ ਸਕਦਾ ਆਪਣੇ ਨਾਲ? ਹਾਂਜੀ ਮੈਂ ਦੇਖਿਆ ਸਰ। ਸਰ ਲੱਗਦਾ ਨਹੀਂ ਕਿ ਹਾਦਸਾ ਹੋ ਸਕਦਾ? ਹਾਂਜੀ ਹਾਂਜੀ ਹਾਂਜੀ। ਮੰਨਦੇ ਹੋ ਗਲਤੀ ਆਪਣੀ? ਹਾਂਜੀ ਹਾਂਜੀ। ਤੁਹਾਡੇ ਕੋਲ ਆਰਟੀਸਟ ਸੈਂਸ ਹੈ ਤੁਹਾਡਾ? ਤਾਂ ਦੇਖ ਸਕਦੇ ਹੋ ਜਿਹੜੀ ਪੰਜਾਬ ਪੁਲਿਸ ਦੀ ਗੱਲ ਕਰੀਏ ਤਾਂ ਪੰਜਾਬ ਪੁਲਿਸ ਲੋਕਾਂ ਨੂੰ ਅਵੇਅਰ ਵੀ ਇੱਕ ਪਾਸੇ ਕਰ ਰਹੀ ਤੇ ਦੂਜੇ ਪਾਸੇ ਜਿਹੜੇ ਗਲਤੀ ਕਰ ਰਹੇ ਨੇ ਉਹਨਾਂ ਤੇ ਐਕਸ਼ਨ ਵੀ ਜਿਹੜਾ ਕੜਾ ਲੈ ਰਹੀ ਹੈ। ਤਾਂ ਦੇਖ ਸਕਦੇ ਹੋ ਇੱਧਰ ਪੁਲਿਸ ਪ੍ਰਸ਼ਾਸਨ ਚਾਰੇ ਪਾਸੇ ਤੁਹਾਨੂੰ ਨਜ਼ਰ ਆਊਗੀ ਤੇ ਪੁਲਿਸ ਪ੍ਰਸ਼ਾਸਨ ਦੀ ਮੌਜੂਦਗੀ ਇੱਥੇ ਪੱਖੋਵਾਲ ਰੋਡ ਤੇ ਹੈਗੀ ਹੈ, ਕਿਉਂਕਿ ਰੇਲਵੇ ਅੰਡਰ ਬ੍ਰਿਜ ਦੇ ਥੱਲੇ ਜਿਹੜਾ ਪਾਣੀ ਹੈ ਉਹ ਭਰਿਆ ਹੋਇਆ, ਜਿਸ ਤੋਂ ਲੈ ਕੇ ਪੰਜਾਬ ਪੁਲਿਸ, ਲੁਧਿਆਣਾ ਦੀ ਪੁਲਿਸ ਦੀ ਗੱਲ ਕਰੀਏ ਤਾਂ ਲੁਧਿਆਣਾ ਪੁਲਿਸ ਜਿਹੜੀ ਹੈ ਸਤਰਕ ਹੈ, ਤਾਂ ਪੁਲਿਸ ਇੱਥੇ ਬਿਲਕੁਲ ਪੱਖੋਵਾਲ ਰੋਡ ਤੇ ਮੌਜੂਦ ਹੈ ਤੇ ਦੂਜੇ ਪਾਸੇ ਵੀ ਸਪੈਸ਼ਲ ਜਿਹੜਾ ਵੈ ਉਪਰਾਲਾ ਕੀਤਾ ਹੈਗਾ ਕਿ ਉਧਰੋਂ ਲੋਕ ਜਿਹੜੇ ਨੇ ਉਹ ਇੱਧਰ ਨਾ ਆਉਣ, ਕਿਉਂਕਿ ਲਗਾਤਾਰ ਹਾਦਸੇ ਜਿਹੜੇ ਬਾਰਿਸ਼ ਦੇ ਮੌਸਮਾਂ ਦੇ ਵਿੱਚ ਹੁੰਦੇ ਰਹੇ ਨੇ। ਇਹ ਉਸ ਤੋਂ ਦੇਖਦੇ ਹੋਏ ਪੁਲਿਸ ਅੱਜ ਸਖਤ ਹੈ ਤੇ ਪੁਲਿਸ ਨੇ ਜਿਹੜਾ ਉਪਰਾਲਾ ਕੀਤਾ ਹੈਗਾ। ਤਾਂ ਦੂਜੇ ਪਾਸੇ ਦੇਖ ਸਕਦੇ ਹੋ ਕਿ ਵਨ ਵੇ ਜਿਹੜੇ ਲੋਕ ਉੱਧਰੋਂ ਆ ਰਹੇ ਨੇ ਲਾਪਰਵਾਹੀ। ਇਸ ਵੀਡੀਓ ਨੂੰ ਸ਼ੇਅਰ ਉਹਨਾਂ ਲੋਕਾਂ ਤੱਕ ਕਰ ਦਿਓ ਜਿਹੜੇ ਪੱਖੋਵਾਲ ਰੋਡ ਤੋਂ ਸਰਾਭਾ ਨਗਰ ਜਾ ਰਹੇ ਨੇ ਜਾਂ ਸਰਾਭਾ ਨਗਰ ਤੋਂ ਪੱਖੋਵਾਲ ਮਾਡਲ ਟਾਊਨ ਵੱਲ ਆ ਰਹੇ ਨੇ। ਇਹ ਖਬਰ ਉਹਨਾਂ ਵਾਸਤੇ ਬੜੀ ਅਹਿਮ ਹੈ, ਕਿਉਂਕਿ ਇਹ ਲੋਕ ਕਿਤੇ ਨਾ ਕਿਤੇ ਜਿਹੜੀ ਲਾਪਰਵਾਹੀ ਅਣਗੀਲੀ ਵਰਤਦੇ ਨੇ, ਜਿਸ ਦੇ ਕਾਰਨ ਹਾਦਸਾ ਜਿਹੜਾ ਵੈ ਉਹ ਹੁੰਦਾ। ਤਾਂ ਪੁਲਿਸ ਪ੍ਰਸ਼ਾਸਨ ਮੇਰੇ ਨਾਲ ਮੌਜੂਦ ਹੈ, ਗੱਲਬਾਤ ਵੀ ਕਰਾਂਗੇ ਕਿ ਆਖਰ ਕਿੱਥੇ ਕਿੱਥੇ ਜਿਹੜੇ ਨੇ ਇਹ ਉਪਰਾਲੇ ਕੀਤੇ ਗਏ ਨੇ। ਤਾਂ ਜਿਨ੍ਹਾਂ ਦੀ ਵੀ ਲਾਪਰਵਾਹੀ ਸਾਹਮਣੇ ਆ ਰਹੀ ਹੈ ਪੰਜਾਬ ਪੁਲਿਸ, ਦੇਖ ਸਕਦੇ ਹੋ ਕਿ ਤੁਸੀਂ ਉਹਨਾਂ ਦਾ ਮੌਕੇ 'ਤੇ ਚਲਾਨ ਵੀ ਕਰਦੇ ਨਜ਼ਰ ਆ ਰਹੇ ਨੇ, ਕਿਉਂਕਿ ਬਹੁਤ ਸਾਰੇ ਹਾਦਸਿਆਂ ਦਾ ਕਾਰਨ ਜਿਹੜੇ ਲੋਕ ਆਪਣੀ ਅਣਗਹਿਲੀ ਕਰਕੇ ਬਣਦੇ ਨੇ। ਪਰ ਅੱਜ ਪੰਜਾਬ ਪੁਲਿਸ ਉਸ ਗੱਲ ਨੂੰ ਲੈ ਕੇ ਸਖਤ ਹੈ ਕਿ ਕਿਸੇ ਨਾਲ ਵੀ ਜਿਹੜਾ ਹਾਦਸਾ ਹੈ ਉਹ ਨਾ ਹੋਵੇ। ਕੋਈ ਵੀ ਲੁਧਿਆਣਾ ਵਾਸੀ ਜੇ ਇੱਥੋਂ ਗੁਜ਼ਰਦਾ ਕੋਈ ਵੀ ਅਣਹੋਣੀ ਉਹਦੇ ਨਾਲ ਨਾ ਹੋਵੇ, ਤਾਂ ਕਿ ਕੋਈ ਵੱਡੇ ਦੁਰਘਟਨਾ ਨਾ ਹੋ ਸਕੇ। ਤਾਂ ਦੂਜੇ ਪਾਸੇ ਵੀ ਰੇਲਵੇ ਅੰਡਰ ਬ੍ਰਿਜ ਦੇ ਦੂਜੇ ਪਾਸੇ ਵਨ ਵੇ ਦਾ ਬੋਰਡ ਜਿਹੜਾ ਵਾ ਅਲੱਗ ਤੋਂ ਲਗਾਇਆ ਗਿਆ, ਉਹ ਪੁਲਿਸ ਪ੍ਰਸ਼ਾਸਨ ਵੱਲੋਂ ਸਪੈਸ਼ਲ ਜਿਹੜਾ ਉਹ ਲਗਾਇਆ ਗਿਆ ਹੈਗਾ। ਤਾਂ ਉਸ ਤੋਂ ਬਾਅਦ ਵੀ ਲੋਕ ਉਹਨੂੰ ਨਹੀਂ ਦੇਖ ਰਹੇ, ਨਹੀਂ ਉਸ ਨਜ਼ਰ ਆ ਰਿਹਾ ਉਹਨਾਂ ਨੂੰ, ਫਿਰ ਵੀ ਲੋਕ ਜਾਣ ਕੇ ਲਾਪਰਵਾਹੀ ਜਿਹੜੀ ਕਰਕੇ ਦੋਨੇ ਪਾਸੋਂ ਦੀ ਕ੍ਰੋਸਿੰਗ ਕਰਕੇ ਇੱਧਰ ਆ ਰਹੇ ਨੇ। ਤਾਂ ਦੇਖ ਸਕਦੇ ਹੋ ਕਿ ਪੁਲਿਸ ਜਿਹੜੀ ਹੈ ਉਹ ਮੌਕੇ 'ਤੇ ਚਲਾਨ ਵੀ ਕਰਦੀ ਨਜ਼ਰ ਆ ਰਹੀ ਹੈ। ਗੱਲਬਾਤ ਵੀ ਕਰਾਂਗੇ ਕਿ ਆਖਿਰ ਕਿੰਨਾ ਕਿੰਨਾ ਲੋਕਾਂ ਦਾ ਜਿਹੜਾ ਚਲਾਨ ਹੈ ਉਹ ਕੀਤਾ ਜਾ ਰਿਹਾ। ਤਾਂ ਪੁਲਿਸ ਪ੍ਰਸ਼ਾਸਨ ਪੱਖੋਵਾਲ ਰੋਡ 'ਤੇ ਮੌਜੂਦ ਹੈ, ਕਿਉਂਕਿ ਲਗਾਤਾਰ ਜਿਹੜੇ ਹਾਦਸੇ ਹੁੰਦੇ ਨੇ ਉਸ ਤੋਂ ਲੈ ਕੇ ਇੱਥੇ ਆਰਯੂਬੀ ਦੇ ਥੱਲੇ ਜਿਹੜਾ ਬੋਰਡ ਵੀ ਪ੍ਰਸ਼ਾਸਨ ਵੱਲੋਂ ਲਗਾਇਆ ਗਿਆ। ਗੱਲਬਾਤ ਕਰਦੇ ਸਰ, ਕਿਵੇਂ ਦੇਖ ਰਹੇ ਹੋ ਕਿ ਬਾਰਿਸ਼ ਦਾ ਮੌਸਮ ਹੈਗਾ ਅਤੇ ਥਾਂ ਥਾਂ ਪਾਣੀ ਭਰਿਆ, ਵੀ ਹਾਦਸੇ ਵੀ ਹੋ ਰਹੇ ਨੇ, ਅਰ ਆਰਯੂਬੀ ਦੀ ਗੱਲ ਕਰੀਏ ਤਾਂ ਇੱਥੇ ਵੀ ਲਗਾਤਾਰ ਪਾਣੀ ਭਰਿਆ ਹੋਇਆ? ਨਹੀਂ, ਜਿਹੜਾ ਬੋਰਡ ਹੈ ਐਕਚੁਅਲੀ ਪਹਿਲਾਂ ਹੀ ਵਨ ਵੇ ਰਸਤਾ ਹੈ ਜੀ। ਅਸੀਂ ਤਾਂ ਪੰਜਾਬੀ ਦੇ ਵਿੱਚ ਬੋਰਡ ਦੁਬਾਰਾ ਲਾਇਆ, ਪਹਿਲਾਂ ਲੱਗਾ ਹੋਇਆ ਸੀ ਉੱਥੇ ਜੀ, ਲੋਕ ਪਹਿਲਾਂ ਹੀ ਰੋਕ ਜਾ ਰਹੇ ਸੀ ਤਾਂ ਉਹਨਾਂ ਨੂੰ ਰੋਕਣ ਵਾਸਤੇ ਅਸੀਂ ਦੁਬਾਰਾ ਇੱਥੋਂ ਕੱਢਿਆ। ਅਸੀਂ ਉਪਰਾਲਾ ਕਰ ਰਹੇ ਹਾਂ ਲੋਕਾਂ ਨੂੰ ਸਹੀ ਰਸਤੇ ਜਾਣ, ਠੀਕ ਹੈ, ਐਕਸੀਡੈਂਟ ਨਾ ਹੋਣ। ਹਾਂ, ਲੱਗਦਾ ਨਹੀਂ ਸਰ ਕਿ ਜ਼ਿਆਦਾ ਹਾਦਸੇ ਦਾ ਕਾਰਨ ਇਹੀ ਹੁੰਦਾ ਵੀ ਜਦੋਂ ਅਸੀਂ ਵਨ ਵੇ ਨੂੰ ਵੀ ਉਹਦੀ ਜਿਹੜੀ ਅਣਗਹਿਲੀ ਕਰਦੇ ਹਾਂ, ਲਾਪਰਵਾਹੀ ਕਰਦੇ ਹਾਂ। ਬਿਲਕੁਲ, ਅਣਗਹਿਲੀ ਤਾਂ ਹੈਗੀ ਆ ਯਾਰ, ਐਕਸੀਡੈਂਟ ਹੋਊਗਾ ਇਹਦੇ ਨਾਲ ਅਣਗਹਿਲੀ, ਆਪਾਂ ਰੋਂਗ ਰਸਤੇ ਆਵਾਂਗੇ ਤਾਂ ਐਕਸੀਡੈਂਟ ਦਾ ਕਾਰਨ ਹੈ ਹੀ ਹੈ। ਇਸ ਕਰਕੇ ਲੋਕਾਂ ਨੂੰ ਆਪਾਂ ਇੱਕ ਸੰਦੇਸ਼ ਦੇਣਾ ਚਾਹੁੰਦੇ ਹਾਂ ਵੀ ਆਪਣੇ ਸਹੀ ਰਸਤੇ 'ਤੇ ਆਓ, ਬੋਰਡ ਲੱਗੇ ਨੇ ਬੋਰਡ ਪੜ੍ਹ ਕੇ ਫਿਰ ਆਓ। ਅਤੇ ਸਰ ਹੁਣ ਜਿਹੜੇ ਰੋਂਗ ਆ ਰਹੇ ਨੇ ਕਿ ਵੀ ਚਲਾਨ ਉਹਨਾਂ ਦਾ ਕੀਤਾ ਜਾ ਰਿਹਾ ਮੌਕੇ 'ਤੇ? ਬਿਲਕੁਲ ਕੀਤਾ ਜਾ ਰਿਹਾ, ਤੁਹਾਡੇ ਸਾਹਮਣੇ ਖੜ੍ਹੇ, ਤੁਸੀਂ ਦੇਖੀ ਕਿੰਨੇ ਪੰਜ ਸੱਤ ਚਲਾਨ ਕਰਦੇ ਵੀ ਹੋ ਰਿਹਾ, ਗੱਡੀ ਘੇਰੀ ਹੋਈ ਆ, ਇਹ ਚਲਾਨ ਕਰਕੇ ਤੋਰਾਂਗੇ ਆਪਾਂ ਹੁਣੇ। ਜਿਵੇਂ ਪਾਣੀ ਭਰਿਆ ਹੋਇਆ ਉਹਦੇ ਵਾਸਤੇ ਕੀ ਫੀਲ ਕਰੋਗੇ, ਕਿਉਂਕਿ ਪੁਲਿਸ ਪ੍ਰਸ਼ਾਸਨ ਦਾ ਬਹੁਤ ਅੱਛਾ ਰੋਲ ਹੈਗਾ ਕਿ ਲੋਕਾਂ ਨੂੰ ਅਵੇਅਰ ਕਰ ਰਹੇ ਹੋ ਤੁਸੀਂ ਇੱਧਰ ਖੜ ਕੇ, ਪਾਣੀ ਬਹੁਤ ਆਰਯੂਬੀ ਦੇ ਥੱਲੇ ਭਰਿਆ ਹੋਇਆ, ਉਹਨੂੰ ਲੈ ਕੇ ਕੀ ਕਹੋਗੇ ਲੁਧਿਆਣਾ ਵਾਸੀਆਂ ਨੂੰ? ਪਾਣੀ ਦਾ ਤਾਂ ਹੁਣ ਇਹਦਾ ਸਿਵਲ ਪ੍ਰਸ਼ਾਸਨ ਦਾ ਹੈਗਾ, ਉਹਨਾਂ ਵਾਸਤੇ ਉਹਨੂੰ ਚਾਹੀਦਾ, ਦੇਖਣਾ ਚਾਹੀਦਾ ਉਹਦੇ ਬਾਰੇ।
ਕਿ ਬਰਸਾਤਾਂ ਦੇ ਮੌਸਮ ਕਰਕੇ ਪਾਣੀ ਹੋ ਜਾਂਦਾ ਲੇਕਿਨ ਲੁਧਿਆਣੇ ਦੇ ਸਾਰੇ 'ਚ, ਕਿਉਂਕਿ ਸਰ ਕਈ ਲੋਕ ਜਿਹੜੇ ਹੁੰਦੇ ਨਾ ਵੀ ਪਾਣੀ ਭਰਿਆ ਹੋਇਆ ਦੇਖ ਰਹੇ ਨੇ ਫਿਰ ਵੀ ਗੱਡੀ ਅਤੇ ਵਹੀਕਲ ਜਿਹੜਾ ਵਾ ਬੜੀ ਤੇਜ਼ੀ ਦੇ ਨਾਲ ਚਲਾਉਂਦੇ ਨੇ, ਉਹਨਾਂ ਨੂੰ ਕੀ ਕਹੋਗੇ? ਉਹਨਾਂ ਵਾਸਤੇ ਗਲਤ ਗੱਲ ਹੈ, ਜੇ ਕੋਈ ਬੰਦਾ ਪੈਦਲ ਦਾ ਜਾਂ ਟੂ ਵੀਲਰ 'ਤੇ ਜਾ ਰਿਹਾ ਉਹਨੂੰ ਦੇਖਣਾ ਚਾਹੀਦਾ ਜੇ ਆਪਾਂ ਪਾਣੀ ਦੀ ਵੀ ਕ੍ਰੋਸ ਕਰਨਾ, ਗੱਡੀ ਆਪਣੀ ਟੂ ਬੈਠੇ ਫੋਰ ਵੀਲਰ ਦੇ ਵਿੱਚ, ਕਾਰ 'ਚ ਬੈਠੇ ਹਾਂ, ਆਪਦੇ ਬੈਠੇ ਹਾਂ, ਤੁਸੀਂ ਦੇਖਣਾ ਚਾਹੀਦਾ ਵੀ ਗੱਡੀ ਆ ਵੀ ਉਹ ਜਿਹੜਾ ਬੰਦਾ ਟੂ ਵੀਲਰ 'ਤੇ ਪੈਦਲ ਜਾ ਰਿਹਾ ਉਹਨੂੰ ਉਹਨੂੰ ਬਿਲਕੁਲ ਸਲੋ ਕਰਕੇ ਨਿਗਾਓ, ਉਹਦੇ ਜਿਹੜੇ ਕੱਪੜੇ ਵੱਜਣ ਉਹਦੀ ਹਰ ਕੋਈ ਹੋ ਜਾਵੇ ਸੇਫ ਰਹੇ ਉਹ ਵੀ, ਠੀਕ ਹੈ? ਹਾਂ ਸਰ, ਕਿੰਨੇ ਕੁ ਚਲਾਣ ਹੁਣ ਤੱਕ ਕੀਤੇ ਗਏ ਨੇ ਜਿਹੜੇ ਅਣਗੀਲੀ ਵਰਤ ਕੇ ਇੱਧਰੋਂ ਆ ਰਹੇ ਨੇ? ਅਸੀਂ 7 ਤੋਂ 8 ਚਲਾਣ ਕਰ ਚੁੱਕੇ ਹਾਂ ਇਸ ਵੇਲੇ, ਅੱਧੇ ਘੰਟੇ 'ਚ ਕਰਦੇ ਜੀ, ਹਾਂਜੀ, ਅਤੇ ਹੋਰ ਵੀ ਕਰ ਰਹੇ ਹਾਂ। ਠੀਕ ਹੈ ਸਰ, ਸੋ ਕਿਸਾਨ ਨਾਲ ਗੱਲਬਾਤ ਕੀਤੀ, ਉਹਨਾਂ ਨੇ ਦੱਸਿਆ ਕਿ ਜਿਹੜੇ ਵੀ ਇੱਥੋਂ ਅਣਗੀਲੀ ਕਰਕੇ ਆਉਣਗੇ, ਕਿਉਂਕਿ ਸਪੈਸ਼ਲ ਦੋ ਦੋ ਬੋਰਡ ਜਿਹੜੇ ਨੇ ਉਹ ਲਗਾਏ ਗਏ ਨੇ, ਇੱਕ ਪੰਜਾਬੀ ਦੇ ਵਿੱਚ ਸਪੈਸ਼ਲ ਪੰਜਾਬ ਪੁਲਿਸ ਵੱਲੋਂ ਲਗਾਇਆ ਗਿਆ ਹੈਗਾ, ਅਤੇ ਉਸ ਤੋਂ ਪਹਿਲਾਂ ਵੀ ਜਿਹੜਾ ਬੋਰਡ ਇੱਕ ਲੱਗਿਆ ਹੋਇਆ ਸੀਗਾ, ਪਰ ਫਿਰ ਵੀ ਲੋਕ ਜਿਹੜੀ ਅਣਗੀਲੀ ਵਰਤ ਕੇ ਉੱਥੋਂ ਡਬਲ ਕ੍ਰੋਸ ਕਰਕੇ ਆਉਂਦੇ ਨੇ, ਤਾਂ ਉਹਨਾਂ ਲਈ ਪੁਲਿਸ ਬਿਲਕੁਲ ਸਖ਼ਤ ਹੈ, ਪੁਲਿਸ ਪ੍ਰਸ਼ਾਸਨ ਇੱਥੇ ਮੌਜੂਦ ਹੈ। ਇੱਕ ਵਾਰੀ ਦੇਖ ਲਓ, ਚਾਰੇ ਪਾਸੇ ਪੱਖੋਵਾਲ ਰੋਡ ਦੇ ਬਿਲਕੁਲ ਉੱਪਰ ਮੌਜੂਦ ਹਾਂ, ਚਾਰੇ ਪਾਸੇ ਪੁਲਿਸ ਦੀ ਜਿਹੜੀ ਤੈਨਾਤੀ ਹੈ, ਇੱਕ ਵੀ ਸ਼ਰਾਰਤੀ ਅੰਸਰ ਨੂੰ ਜਿਹੜਾ ਬਖਸ਼ਿਆ ਨਹੀਂ ਜਾ ਰਿਹਾ, ਸਾਰਿਆਂ ਦੇ ਜਿਹੜੇ ਚਲਾਨ ਨੇ ਉਹ ਕੀਤੇ ਜਾ ਰਹੇ। ਤਾਂ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਲੋਕ ਵੀ ਅਵੇਅਰ ਹੋ ਸਕਣ, ਕਿਉਂਕਿ ਬਾਰਿਸ਼ ਦਾ ਮੌਸਮ ਹੈ, ਲੋਕ ਬੜੀ ਤੇਜ਼ੀ ਦੇ ਨਾਲ ਗੱਡੀਆਂ ਜਿਹੜੇ ਚਲਾਉਂਦੇ ਉਹਨਾਂ ਵਾਸਤੇ ਖਬਰ ਅਹਿਮ ਹੈ ਕਿ ਹੁਣ ਪੁਲਿਸ ਉਹਨਾਂ ਨੂੰ ਬਿਲਕੁਲ ਜਿਹੜਾ ਵੈ ਉਹ ਨਹੀਂ ਬਖਸ਼ੇਗੀ।